ਖਬਰਾਂ ਦੀ ਸ਼ੁਰੂਆਤ ਹੈ ਅਹਿਮ ਖਬਰ ਦੇ ਨਾਲ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਦਿੱਲੀ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਮੰਡੀ ਹਾਊਸ ਦੇ ਮੇਨ ਚੌਰਾਹੇ ਵਿੱਚ ਵੱਡਾ ਇਕੱਠ ਕਰਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਹਾਲਾਂਕਿ ਵਧਦੀ ਭੀੜ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਤਾਂ ਕਿ ਵਿਦਿਆਰਥੀ ਅੱਗੇ ਨਾ ਵੱਧ ਸਕਣ। ਦੱਸ ਦਈਏ ਕਿ 26 ਜਨਵਰੀ ਤੋਂ ਬਾਅਦ ਵਧਦੇ ਟਕਰਾਅ ਦੀ ਸਥਿਤੀ ਨੂੰ ਵੇਖਦੇ ਹੋਏ ਦਿੱਲੀ 'ਚ ਇੰਟਰਨੈਟ ਸੇਵਾਵਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਸਨ, ਫਿਰ ਵੀ ਸੰਘਰਸ਼ ਦੀ ਰਫ਼ਤਾਰ ਵਧਦੀ ਜਾ ਰਹੀ ਹੈ। ਤਿੰਨਾਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਿੰਘੂ ਬਾਰਡਰ ਤੇ ਚੱਲ ਰਿਹਾ ਧਰਨਾ ਪ੍ਰਦਰਸ਼ਨ ਬੁੱਧਵਾਰ ਨੂੰ 70ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਅੰਦੋਲਨ ਦੌਰਾਨ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੇ ਚੱਲ ਰਿਹਾ ਪੱਕਾ ਕਿਸਾਨ ਮੋਰਚਾ ਵੀ ਲਗਾਤਾਰ ਜਾਰੀ ਹੈ। ਮੋਰਚੇ ਅੰਦਰ ਹੋਈ ਇਕੱਠ ਨੇ ਐਲਾਨ ਕੀਤਾ ਕਿ ਕੌਮੀ ਮੋਰਚੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਫਤਿਹ 6 ਫਰਵਰੀ ਨੂੰ ਦੇਸ਼ ਭਰ 'ਚ ਕੀਤੇ ਜਾ ਰਹੇ ਸੜਕੀ ਜਾਮ 'ਚ ਇਲਾਕੇ ਦੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ ਅਤੇ ਐਕਸ਼ਨ ਨੂੰ ਸਫਲ ਬਣਾਉਣ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਨੇ। ਸੜਕੀ ਜਾਮ ਦੁਪਹਿਰ 12 ਤੋਂ 3 ਵਜੇ ਤੱਕ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਪੰਜਾਬ 'ਚ 14 ਫਰਵਰੀ ਨੂੰ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਹੋਣ ਵਾਲੀਆਂ ਚੋਣਾਂ 'ਚ ਪੈਰਾਮਿਲਟਰੀ ਫੋਰਸ ਲਗਾਈ ਜਾਵੇ। ਫਿਰੋਜ਼ਪੁਰ 'ਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਨਾਲ ਕੋਈ ਚੀਜ਼ ਨਹੀਂ ਹੈ। ਪੰਜਾਬ ਦੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਕਾਂਗਰਸੀਆਂ ਵੱਲੋਂ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮਜਬੂਰ ਹੋ ਕੇ ਉਹਨਾਂ ਨੂੰ ਖੁਦ ਜਾਣਾ ਪਿਆ। ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ 70 ਦਿਨਾਂ ਤੋਂ ਕਿਸਾਨ ਡਟੇ ਹੋਏ ਨੇ। ਕਿਸਾਨ ਅੰਦੋਲਨ ਦਾ ਅੱਜ 70ਵਾਂ ਦਿਨ ਹੈ। 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਅਤੇ ਲਾਲ ਕਿਲੇ 'ਚ ਹੋਈ ਹਿੰਸਾ ਮਗਰੋਂ ਅੰਦੋਲਨ ਨੇ ਮੁੜ ਰਫ਼ਤਾਰ ਫੜ ਲਈ ਹੈ। ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੇ ਸਮਰਥਨ ਵਿੱਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਅੱਜ ਮਹਾਂ ਪੰਚਾਇਤ ਬੁਲਾਈ ਗਈ ਸੀ। ਮਹਾਂ ਪੰਚਾਇਤ 'ਚ ਭਾਰੀ ਭੀੜ ਕਾਰਨ ਮੰਚ ਟੁੱਟ ਗਿਆ। ਜਿਸ ਵਕਤ ਇਹ ਮੰਚ ਟੁੱਟਿਆ ਉਸ ਵਕਤ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਬਲਵੀਰ ਸਿੰਘ ਰਾਜੇਵਾਲ ਸਮੇਤ ਕਈ ਸੀਨੀਅਰ ਕਿਸਾਨ ਆਗੂ ਮੌਜੂਦ ਸਨ। ਪੰਜਾਬ 'ਚ ਚੋਣਾਂ ਦਾ ਐਲਾਨ ਹੁੰਦੇ ਹੀ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਤੇ ਕਈ ਥਾਵਾਂ ਤੇ ਉਮੀਦਵਾਰਾਂ ਨਾਲ ਹੋ ਰਹੀਆਂ ਹਿੰਸਕ ਘਟਨਾਵਾਂ ਦੇ ਚਲਦਿਆਂ ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ, ਜਿਸ ਦੇ ਚਲਦਿਆਂ ਸਬ ਡਿਵੀਜ਼ਨ ਅਜਨਾਲਾ ਦੇ ਐਸਟੀਐਮ ਦਫ਼ਤਰ ਦੇ ਬਾਹਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ, ਜਿਨ੍ਹਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੇ ਐਸਐਸਪੀ ਦਿਹਾਤੀ ਪਹੁੰਚੇ। ਇਸ ਮੌਕੇ ਐਸਐਸਪੀ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਉਹਨਾਂ ਵੱਲੋਂ ਪ੍ਰਬੰਧ ਪੁਖਤਾ ਕਰ ਲਏ ਗਏ ਨੇ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਨਿਯਮਾਂ ਦੇ ਮੁਤਾਬਿਕ ਆਪਣਾ ਅਸਲਾ ਜਮ੍ਹਾਂ ਕਰਾਉਣ, ਨਹੀਂ ਤਾਂ ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਚੈੱਕ ਕੀਤੇ ਜਾ ਰਹੇ ਜਿਹੜੇ ਨੋਮੀਨੇਸ਼ਨ ਸੈਂਟਰਸ ਤੇ ਅੱਜ ਨੋਮੀਨੇਸ਼ਨ ਫਾਈਲ ਕੀਤੀ ਜਾ ਰਹੀ ਹੈ ਤੇ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਵਿੱਚ 5 ਨੋਮੀਨੇਸ਼ਨ ਸੈਂਟਰਸ ਹੈ ਤੇ ਉਹਨਾਂ ਦੀ ਮੇਰੇ ਵੱਲੋਂ ਵੀ ਚੈਕਿੰਗ ਕੀਤੀ ਜਾ ਰਹੀ ਹੈ, ਬਾਕੀ ਸਾਰਾ ਸਟਾਫ ਵੀ ਡਿਪਲੋਇਡ ਹੈ। ਸਰ ਕਿੰਨੇ ਏਰੀਆ ਜਿਹੜੇ ਸੈਂਟਰਸ ਨੇ ਹਾਈਪਰ ਸੈਂਸਿਟਿਵ ਹੈ ਔਰ ਕਿੰਨੇ ਜਿਹੜੇ ਸੈਂਸਿਟਿਵ ਏਰੀਆ ਵਿੱਚ ਬਿਠਾਏ? ਹਾਂਜੀ, ਉਹ ਸਾਰੇ ਜਿਹੜੇ ਹਾਈਪਰ ਸੈਂਸਿਟਿਵ, ਸੈਂਸਿਟਿਵ ਔਰ ਨੋਨ ਸੈਂਸਿਟਿਵ ਪੋਲਿੰਗ ਬੂਥਸ ਹੈ ਉਹਨਾਂ ਦੀ ਆਲਰੇਡੀ ਜਿਹੜੀ ਹੈ ਸਾਰੀ ਕਲਾਸੀਫਿਕੇਸ਼ਨ ਸਾਰੀ ਉਹਨਾਂ ਦੀ ਕਰ ਦਿੱਤੀ ਗਈ ਹੈ ਔਰ ਉਸ ਸੰਬੰਧੀ ਸਾਰੇ ਸੁਰੱਖਿਆ ਪ੍ਰਬੰਧ ਵੀ ਤਿਆਰ ਪੁਲਿਸ ਵੱਲੋਂ ਹੋ ਗਏ। ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਚੁਣਾਵਾਂ ਦੌਰਾਨ? ਹਾਂਜੀ, ਮੈਂ ਇਹੀ ਅਪੀਲ ਕਰਾਂਗਾ ਆਪਣੇ ਰਾਈਟ ਟੂ ਵੋਟ ਨੂੰ ਐਕਸਰਸਾਈਜ਼ ਕਰਨ ਔਰ ਉਸ ਤੋਂ ਇਲਾਵਾ ਪ੍ਰਸ਼ਾਸਨ ਦਾ, ਪੁਲਿਸ ਪ੍ਰਸ਼ਾਸਨ ਦਾ, ਸਿਵਲ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣ ਔਰ ਕੋਡ ਆਫ ਕੰਡਕਟ ਦੀ ਵੀ ਹਰੇਕ ਤਰੀਕੇ ਤੋਂ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਕਰਨ ਔਰ ਉਸ ਤੋਂ ਇਲਾਵਾ ਹਰੇਕ ਨੋਮੀਨੇਸ਼ਨ ਸੈਂਟਰ 'ਤੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹੈ। ਸਪੈਸ਼ਲ ਲਾਅ ਐਂਡ ਆਰਡਰ ਰਿਜ਼ਰਵ, ਨਾਕਾਬੰਦੀ, ਬਾਹਰ ਦਾ ਵੀ ਜਿਹੜਾ ਪੈਰੀਮੀਟਰ ਹੈ ਬੜਾ ਇਫੈਕਟਿਵਲੀ ਕਵਰ ਕੀਤਾ ਗਿਆ ਔਰ ਹਰੇਕ ਨੋਮੀਨੇਸ਼ਨ ਸੈਂਟਰ 'ਤੇ SP DSP ਰੈਂਕ 'ਤੇ ਵੀ ਅਧਿਕਾਰੀ ਤੈਨਾਤ ਹੈ ਔਰ SHOs ਵੀ ਤੈਨਾਤ ਹੈ। ਤਾਂ ਪੂਰੇ ਫੁੱਲ ਪਰੂਫ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਔਰ ਪੁਲਿਸ ਦੀ ਇਹ ਟੋਪ ਪ੍ਰਿਓਰਟੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਅਨਟੂਵਰਡ ਨੈਗੇਟਿਵ ਜਾਂ ਐਡਵਰਸ ਇੰਸੀਡੈਂਟ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ 'ਚ ਨਾ ਹੋਵੇ। ਅਸਲਾ ਜਮ੍ਹਾਂ ਕਰਵਾਉਣ ਲੈ ਕੇ ਕਿਵੇਂ ਦੇ ਪ੍ਰਬੰਧ ਕੀਤੇ ਗਏ? ਅਸਲਾ ਆਲਰੇਡੀ ਜਿੱਥੇ 5 ਥਾਵਾਂ 'ਤੇ ਇਲੈਕਸ਼ਨਸ ਹੋ ਰਹੇ ਆ ਉੱਥੇ 100% ਕੰਪਲਾਇੰਸ ਹੋ ਚੁੱਕੀ ਹੈ ਅਸਲਾ ਡੈਪੋਜੀਸ਼ਨ ਦੀ ਔਰ ਜਿੱਥੇ ਕੋਈ ਬੰਦਾ ਅਸਲਾ ਨਹੀਂ ਜਮ੍ਹਾਂ ਕਰਵਾਉਂਦਾ ਉਸ ਦੇ ਖਿਲਾਫ਼ ਫਿਰ ਪਰਚਾ ਵੀ ਦਰਜ ਕੀਤਾ ਜਾ ਰਿਹਾ ਔਰ ਉਸ ਤੋਂ ਇਲਾਵਾ ਇੱਥੇ ਨੋਮੀਨੇਸ਼ਨ ਸੈਂਟਰਸ 'ਤੇ ਵੀ ਨੇੜੇ ਤੇੜੇ ਕੋਈ ਵੀ ਜਿਹੜਾ ਬੰਦਾ ਹੈਗਾ ਵੈਪਨ ਦੇ ਨਾਲ ਕਿਸੇ ਨੂੰ ਅਲਾਓ ਨਹੀਂ ਕੀਤਾ ਜਾ ਰਿਹਾ ਔਰ ਜੇ ਕੋਈ ਇਹਨਾਂ ਹੁਕਮਾਂ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ਼ ਪਰਚੇ ਵੀ ਦਰਜ ਕੀਤੇ ਜਾ ਰਹੇ। ਹੁਣ ਤੱਕ ਮੁਕਦਮਾ ਦਰਜ ਕੀਤਾ ਗਿਆ ਕਿਸੇ? ਮਜੀਠਾ ਥਾਣੇ ਦੇ ਵਿੱਚ 30 ਬੰਦਿਆਂ ਦੇ ਖਿਲਾਫ਼ ਦਰਜ ਕੀਤਾ ਗਿਆ। ਥੈਂਕ ਯੂ।
ਪਟਿਆਲਾ ਵਿੱਚ ਕੋਵਿਡ ਫਰੰਟਲਾਈਨ ਵਰਕਰਾਂ ਤੇ ਕੋਵਿਡ ਵੈਕਸੀਨ ਦੇ ਦੂਜੇ ਪੜਾਅ ਦੀ ਡੀਸੀ ਪਟਿਆਲਾ ਤੇ ਐਸਐਸਪੀ ਪਟਿਆਲਾ ਵੱਲੋਂ ਖੁਦ ਟੀਕਾ ਲਗਵਾ ਕੇ ਕੀਤੀ ਗਈ। ਉਹਨਾਂ ਨਾਲ ਹੋਰ ਵੀ ਅਧਿਕਾਰੀ ਤੇ ਪੁਲਿਸ ਮੁਲਾਜ਼ਮਾਂ ਨੇ ਕੋਵਿਡ ਦਾ ਟੀਕਾ ਲਗਵਾਇਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਅਤੇ ਸਿਵਲ ਸਰਜਨ ਮੌਜੂਦ ਰਹੇ। ਗੱਲਬਾਤ ਕਰਦਿਆਂ ਡੀਸੀ ਪਟਿਆਲਾ ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਦੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾਕਰਨ ਕਰਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਐਸਐਸਪੀ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਵੈਕਸੀਨ ਨੂੰ ਲੈ ਕੇ ਚੱਲਦੀਆਂ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਸਾਰੇ ਪਟਿਆਲਾ ਵਾਸੀਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਕੋਵਿਡ ਮਹਾਂਮਾਰੀ ਦੇ ਵਿੱਚ ਅਸੀਂ ਜਿਹੜਾ ਹੈਗਾ ਪਿਛਲੇ 8-9 ਮਹੀਨੇ ਦੇ ਵਿੱਚ ਪ੍ਰਸ਼ਾਸਨ, ਪੁਲਿਸ ਔਰ ਸਪੈਸ਼ਲੀ ਜਿਹੜਾ ਸਾਡਾ ਹੈਲਥ ਮਹਿਕਮਾ ਕਾਫੀ ਹੱਦ ਤੱਕ ਜਿਹੜਾ ਹੈਗਾ ਇਹਨਾਂ ਨੇ ਕਾਬੂ ਕੀਤਾ ਹੈਗਾ। ਹੁਣ ਜਿਹੜਾ ਸੈਕਿੰਡ ਫੇਜ਼ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਵੈਕਸੀਨੇਸ਼ਨ ਦਾ, ਤੁਹਾਨੂੰ ਸਾਰਿਆਂ ਨੂੰ ਜਸਟ ਮੈਂ ਸੈਂਸੀਟਾਈਜ਼ ਕਰਨਾ ਚਾਹੁੰਦਾ ਅਤੇ ਜਾਣੂ ਕਰਵਾਉਣਾ ਚਾਹੁੰਦਾ ਕਿ ਸਿਵਲ ਸਰਜਨ ਸਾਹਿਬ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਫੇਜ਼ 1 ਜਿਹੜਾ ਸੀਗਾ ਸਾਡਾ, ਜਿਹਦੇ ਵਿੱਚ ਸਾਡੇ ਡਾਕਟਰ ਸਾਹਿਬਾਨ, ਹੈਲਥ ਵਰਕਰ, ਸਾਡੇ ਸਟਾਫ ਨਰਸਿਸ, ਜਿੰਨੇ ਵੀ ਪੈਰਾਫਰਨੀਲ ਹੈ ਜਿਨ੍ਹਾਂ ਦਾ ਹੈਲਥ ਦੇ ਨਾਲ ਸੰਪਰਕ ਹੈਗਾ, ਉਹਨਾਂ ਨੂੰ ਅਸੀਂ ਜਿਹੜਾ ਹੈਗਾ ਵੈਕਸੀਨ ਕੀਤਾ ਹੈਗਾ। ਦਿਸ ਇਜ਼ ਵਨ ਆਫ ਦਾ ਬਿਗੈਸਟ ਵੈਕਸੀਨੇਸ਼ਨ ਡਰਾਈਵ ਇਫ ਯੂ ਕੈਨ ਸੇ ਅਰਾਊਂਡ ਦ ਵਰਲਡ। ਸੋ ਇਹਦੇ ਵਿੱਚ ਅਸੀਂ ਤੁਹਾਡਾ ਬਹੁਤ ਬੜਾ ਸਹਿਯੋਗ ਚਾਹੁੰਦੇ ਵੀ ਹੈ। ਜਿਹੜੇ ਬੰਦੇ ਜੋ ਪੋਰਟਲ 'ਚ ਰਜਿਸਟਰ ਹੈਗੇ, ਸਪੈਸ਼ਲੀ ਡਾਕਟਰ ਸਾਹਿਬਾਨ, ਜੋ ਸਟਾਫ ਨਰਸ, ਜਿਨ੍ਹਾਂ ਨੇ ਹਾਲੇ ਵੀ ਲੱਗਦਾ ਕਿ ਵੈਕਸੀਨੇਸ਼ਨ 'ਚ ਕੋਈ ਦਿੱਕਤ ਹੈਗੀ, ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ। ਅੱਜ ਅਸੀਂ ਫੇਜ਼ 2 ਜਿਹੜਾ ਹੈਗਾ ਸ਼ੁਰੂ ਕੀਤਾ ਹੈਗਾ। ਸਭ ਤੋਂ ਪਹਿਲਾਂ ਫੇਜ਼ 2 ਦਾ ਜਿਹੜਾ ਟੀਕਾ ਹੈਗਾ ਉਹ ਮੈਨੂੰ ਲੱਗਿਆ। ਮੈਂ ਬਸ ਇਹੀ ਆਸ਼ਵਾਸਨ ਦੇਣਾ ਚਾਹੁੰਦਾ ਕਿ ਇਸ ਤਰ੍ਹਾਂ ਦੀ ਕੋਈ ਸਪੈਕੂਲੇਸ਼ਨ ਹੋਵੇ, ਕੋਈ ਵੀ ਗਲਤ ਫਹਿਮੀ ਜਿਹੜਾ ਸਪੈਕੂਲੇਟਡ ਮਾਰਕੀਟ 'ਚ ਤੁਰਦੀ ਹੈਗੀ, ਕਾਇੰਡਲੀ ਉਹਨੂੰ ਬਿਲੀਵ ਨਾ ਕਰੋ। ਜੋ ਵੀ ਇਨਫੋਰਮੇਸ਼ਨ ਹੈ ਡਿਸਟੋਰਟਿਡ ਨਾ ਕਰਕੇ ਤੁਸੀਂ ਕਾਇੰਡਲੀ ਸਿਵਲ ਸਰਜਨ ਆਫਿਸ, ਮੇਰੇ ਆਫਿਸ ਪਤਾ ਕਰ ਸਕਦੇ ਹੋ। ਜਦ ਵੀ ਸਰਕਾਰ ਵੱਲੋਂ ਇਹ ਪੋਰਟਲ ਲੋਕਾਂ ਦੇ ਲਈ ਖੋਲ੍ਹਾ ਜਾਏਗਾ, ਵੱਖ ਵੱਖ ਡਿਪਾਰਟਮੈਂਟਾਂ ਦੇ ਲਈ ਖੋਲ੍ਹਾ ਜਾਏਗਾ, ਮੈਂ ਸਭ ਨੂੰ ਅਨੁਰੋਧ ਕਰਦਾ, ਹੈੱਡ ਆਫ ਦਾ ਡਿਪਾਰਟਮੈਂਟ ਸਪੈਸ਼ਲੀ, ਕਿ ਅੱਗੇ ਵੜਕੜ ਆਉਣ ਔਰ ਇਹ ਵੈਕਸੀਨੇਸ਼ਨ ਦਾ ਜਿਹੜਾ ਹੈਗਾ ਟੀਕਾ ਜ਼ਰੂਰ ਲੈਣ। ਦਿਸ ਵਿਲ ਨੋਟ ਓਨਲੀ ਹੈਲਪ ਟੂ ਕਰਵ ਦੀ ਵਾਇਰਸ, ਬਟ ਆਲਸੋ ਮੇਕ ਸ਼ੋਰ ਦੈਟ, ਜਿਵੇਂ ਕਿ ਅਸੀਂ ਕਈ ਸਾਇੰਟਿਸਟ ਕਰਦੇ ਹਰਡ ਇਮਿਊਨਿਟੀ ਦੀ ਗੱਲ ਕਰਦੇ ਹਾਂ, ਇਮਿਊਨਿਟੀ ਦੀ ਗੱਲ ਕਰਦੇ, ਇਹ ਕਹੀਂ ਨਾ ਕਹੀਂ ਸਾਨੂੰ ਜਿਹੜਾ ਹੈਗਾ ਬਹੁਤ ਫਾਇਦਾ ਹੋ ਜਾਏਗਾ। ਥੈਂਕ ਯੂ। ਜੈ ਹਿੰਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਪਟਿਆਲਾ ਦੇ ਮਾਤਾ ਕੌਸ਼ਲਿਆ ਹੋਸਪਿਟਲ ਵਿੱਚ CMO ਸਾਹਿਬ ਦੀ ਹਾਜ਼ਰੀ ਦੇ ਵਿੱਚ, ਪਲੱਸ ਡਾਕਟਰ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ, ਮੈਂ ਕੋਵਿਡ ਰਿਲੇਟਿਡ ਜੋ ਵੈਕਸੀਨੇਸ਼ਨ ਦੀ ਡੋਜ਼ ਲਈ ਹੈ, ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕੋਵਿਡ-19 ਤੋਂ ਨਿਜਾਤ ਪਾਉਣ ਲਈ ਆਪਾਂ ਨੂੰ ਸਾਰਿਆਂ ਨੂੰ ਇਹ ਵੈਕਸੀਨੇਸ਼ਨ ਕਰਵਾਉਣੀ ਜ਼ਰੂਰੀ ਹੈ, ਜੋ ਪੰਜਾਬ ਸਰਕਾਰ ਨੇ ਇਹਦੀ ਮੁਹਿੰਮ ਆਲਰੇਡੀ ਲਾਂਚ ਕੀਤੀ ਹੋਈ ਹੈ। ਸਭ ਤੋਂ ਪਹਿਲਾਂ ਜਿਹੜੇ ਫਰੰਟਲਾਈਨ ਕੋਵਿਡ ਵਾਰੀਅਰਸ ਹੈ, ਹੈਲਥ ਵਰਕਰ ਹੈ ਜਾਂ ਪੁਲਿਸ ਆਫਿਸਰਸ ਹੈਗੇ ਹੈ, ਪੁਲਿਸ ਮੁਲਾਜ਼ਮ ਹੈ, ਉਹਨਾਂ ਲਈ ਇਹ ਪ੍ਰਬੰਧ ਕੀਤਾ ਗਿਆ। ਕੱਲ੍ਹ ਤੋਂ ਪੁਲਿਸ ਲਾਈਨ ਪਟਿਆਲਾ ਦੇ ਵਿੱਚ ਵੀ ਪੁਲਿਸ ਮੁਲਾਜ਼ਮਾਂ ਲਈ ਤਕਰੀਬਨ 3500 ਪੁਲਿਸ ਮੁਲਾਜ਼ਮਾਂ ਲਈ ਇਹ ਜੋ ਕੋਵਿਡ ਵੈਕਸੀਨੇਸ਼ਨ ਰਿਲੇਟਿਡ ਜੋ ਡੋਜ਼ ਹੈ ਉਹਦਾ ਪ੍ਰਬੰਧ ਕੀਤਾ ਗਿਆ। ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਕੋਵਿਡ ਤੋਂ ਨਿਜਾਤ ਪਾਉਣ ਲਈ ਇਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਡੋਜ਼ ਲਓ, ਅਤੇ ਡਾਕਟਰ ਸਾਹਿਬਾਨ ਦੀ, ਸਾਰਿਆਂ ਦੀ, ਹੈਲਥ ਡਿਪਾਰਟਮੈਂਟ ਦੀ, ਪੰਜਾਬ ਸਰਕਾਰ ਦੀ ਹੈਲਪ ਕਰੋ, ਕੋਵਿਡ ਨੂੰ ਬਿਲਕੁਲ ਇਰੈਡੀਕੇਟ ਕਰਨ ਲਈ। ਥੈਂਕ ਯੂ ਸੋ ਮਚ। Finding for a school to enroll in? Do you want to enhance your skills and abilities? Don't worry. Lala Kasturi Lal Sarvatkari Senior Secondary Vidya Mandir, affiliated to CBSE, offers you complete facilities of computer lab, high quality education, friendly environment with affordable fee structure and faculty of Shishu Vatika for kids. Admission open from now for LKG to 9 and plus 1 in all streams. What are you waiting for? Build your child future at Lala Kasturi Lal Sarvatkari Senior Secondary Vidya Mandir, Mehraj Road, Rampura Phool, District Bathinda. Contact on 01651505076 and 505077. Are you worried about your child future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus 1 in commerce, arts and medical stream. Join Doon Senior Secondary Public School, Karyadwala, District Bathinda. Contact on 94179-40107 and 998847-2857. For your child's bright future and to enhance your child's knowledge,
take them to Bhartiya Model Senior Secondary School, CBSE affiliated. Admissions are open from nursery to 12th with medical, arts and commerce stream with affordable fee. Available facilities are fully air-conditioned classrooms, well-educated and cooperative staff, healthy environment for your child's better upbringing, faculty of kindergarten, physics, chemistry and mathematics lab, extracurricular activities like yoga classes, meditation sessions, athletic meet. Admission open, limited seats. Do hurry. For the further inquiry, contact on 01651220279 and 01651221279.